सारी उम्र मनांदे लंघ गई है, अज मेरा रुसण नू जी कर दे। ग्लोबल पंजाब टीवी वेख रहे सारे दर्शकों का मैं सलोनी सरीन निघा स्वागत करती हाँ जी गल्लां विद गुलाबो दे विच। अज आपां गल्लां नहीं करनियां, अज रुसना आ ते मनाउणा आ। भावें तुसीं रुस जाओ भावें मैं रुस जा, पर मनाउणा तां पैणा ही आ। ਤੁਸੀਂ ਮੈਨੂੰ ਦੱਸਣਾ ਆ ਵੀ ਜਦੋਂ ਤੁਸੀਂ ਰੁੱਸਦੇ ਹੋ ਤਾਂ ਤੁਹਾਨੂੰ ਲੋਕ ਕਿਵੇਂ ਮਨਾਉਂਦੇ ਆ, ਜਾਂ ਫਿਰ ਤੁਸੀਂ ਜਾਣ ਕੇ ਤਾਂ ਨਹੀਂ ਰੁੱਸ ਜਾਂਦੇ ਵੀ ਬੰਦਾ ਮੈਨੂੰ ਦੂਜਾ ਮਨਾ ਹੀ ਲਏ। ਅਤੇ ਜਦੋਂ ਤੁਸੀਂ ਰੁੱਸਦੇ ਹੋ ਦੂਜਾ ਤੁਹਾਨੂੰ ਮਨਾਉਣ ਦੀ ਕੋਸ਼ਿਸ਼ ਕਰਦਾ ਤਾਂ ਕਦੀ ਇਹ ਤਾਂ ਨਹੀਂ ਹੁੰਦਾ ਉਹ ਮਨਾਉਂਦੇ ਮਨਾਉਂਦੇ ਆਪ ਹੀ ਰੁੱਸ ਗਿਆ ਹੋਏ, ਕਿਉਂਕਿ ਮੇਰੇ ਨਾਲ ਕਈ ਵਾਰੀ ਹੁੰਦਾ ਆ। ਮੈਂ ਆਪਣੇ ਡੈਡੀ ਜੀ ਦੇ ਨਾਲ ਜਦੋਂ ਰੁੱਸ ਜਾਂਦੀ ਹਾਂ ਨਾ ਉਹ ਮੈਨੂੰ ਮਨਾਉਂਦੇ ਮਨਾਉਂਦੇ ਨਾ ਆਪ ਹੀ ਰੁੱਸ ਜਾਂਦੇ ਨੇ। ਮੈਂ ਕਿਹਾ ਇਹ ਕਿੱਥੋਂ ਦਾ ਅਸੂਲ ਹੋਇਆ, ਪਹਿਲਾਂ ਮੈਨੂੰ ਦੱਸੋ। ਅੱਛਾ, ਹਸਬੈਂਡ ਵਾਈਫ ਆਪਸ 'ਚ ਨਾਰਾਜ਼ ਹੁੰਦੇ ਨੇ, ਰੁੱਸਦੇ ਨੇ, ਮਨਾਉਂਦੇ ਨੇ ਇੱਕ ਦੂਜੇ ਨੂੰ, ਉਹ ਕਿਵੇਂ? ਉਹ ਇਸ ਕਰਕੇ ਕਿਉਂਕਿ ਕਈ ਵਾਰ ਹੁੰਦਾ ਦੂਜੇ ਬੰਦੇ ਨੂੰ ਲੱਗਦਾ ਆ ਕਿ ਯਾਰ ਮੇਰੀ ਨਾ ਕੋਈ ਕਦਰ ਹੀ ਹੈ ਨਹੀਂ, ਮੈਨੂੰ ਤਾਂ ਕੋਈ ਬੁਲਾ ਹੀ ਨਹੀਂ ਰਿਹਾ। ਫਿਰ ਬੰਦੇ ਨੂੰ ਨਾ ਸੈਂਟਰ ਆਫ ਅਟਰੈਕਸ਼ਨ ਬਣਨ ਲਈ ਨਾ ਜਾਣ ਕੇ ਰੁੱਸਣਾ ਪੈਂਦਾ ਆ ਬਿਨਾਂ ਵਜ੍ਹਾ ਤੋਂ। ਅਤੇ ਜਦੋਂ ਵਾਈਫ ਰੁੱਸ ਜਾਂਦੀ ਆ, ਕਿਸੇ ਦੀ ਵੋਟੀ ਰੁੱਸ ਜਾਂਦੀ ਆ, ਉਹ ਤਾਂ ਬੜਾ ਹੀ ਮਹਿੰਗਾ ਪੈਂਦਾ ਜੀ। ਉਹਨੂੰ ਮਨਾਉਣ ਵਾਸਤੇ ਤੁਹਾਨੂੰ ਬਾਹਰ ਘੁੰਮਾਉਣ ਲੈ ਕੇ ਜਾਣਾ ਪੈਂਦਾ ਆ, ਸ਼ੋਪਿੰਗ ਕਰਾਉਣੀ ਪੈਂਦੀ ਆ, ਹੈ ਕਿ ਨਹੀਂ? ਅਤੇ ਫਿਰ ਉਹ 500 ਰੁਪਇਆ ਉਹ ਖਰਚਾ ਹੋ ਗਿਆ, 350 ਸ਼ੋਪਿੰਗ ਦਾ, ਫਿਰ ਗੋਲ ਗੱਪੇ ਖਵਾਉਣ ਦਾ, ਕਿੰਨਾ ਮਹਿੰਗਾ ਪੈ ਜਾਂਦਾ ਹੈ। ਇਸ ਤੋਂ ਚੰਗਾ ਬੰਦਾ ਘਰ ਪੀਜ਼ਾ ਔਡਰ ਕਰਦੇ ਅਤੇ ਕਿ ਵਾਈਫ ਨੂੰ ਭੈਣ ਇੱਦਾਂ ਹੀ ਮਾਂਜਾ। ਅੱਛਾ, ਕਈ ਵਾਰ ਇੱਦਾਂ ਹੁੰਦਾ ਵੀ ਆਪਾਂ ਕਿਸੇ ਕੋਲੋਂ ਨਾਰਾਜ਼ ਹੋ ਜਾਂਦੇ ਨਾ, ਤਾਂ ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਆਹ ਬੰਦਾ ਮੇਰੇ ਕੋਲੋਂ ਨਾਰਾਜ਼ ਹੈ। ਫਿਰ ਨਾ ਆਪਾਂ ਉਹਨੂੰ ਫੋਨ ਕਰ ਕਰਕੇ ਕਹੀਦਾ, ਮੈਂ ਨਾਰਾਜ਼ ਹਾਂ, ਮੈਨੂੰ ਮਨਾਓ, ਮੈਂ ਨਾਰਾਜ਼ ਹਾਂ, ਮੈਂ ਤਾਂ ਇੱਦਾਂ ਹੀ ਕਰਦੀ ਹਾਂ। ਦੂਜੇ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਂ ਉਹਦੇ ਕੋਲੋਂ ਨਾਰਾਜ਼ ਹਾਂ। ਫਿਰ ਮੈਨੂੰ ਉਹਨੂੰ ਦੱਸਣਾ ਪੈਂਦਾ ਸਪੈਸ਼ਲੀ ਵੀ ਭਾਈ ਮੈਂ ਤੁਹਾਡੇ ਕੋਲੋਂ ਨਾਰਾਜ਼ ਹਾਂ, ਮੈਨੂੰ ਮਨਾਓ। ਉਹ ਇਸ ਕਰਕੇ ਕਿਉਂਕਿ ਕਈ ਵਾਰ ਨਾ ਆਪਣੇ ਆਪ ਨੂੰ ਨਾ ਬੰਦੇ ਨੂੰ ਹਿੰਮਤ ਨਹੀਂ ਹੁੰਦੀ ਵੀ ਕਹਿਣ ਦੀ ਵੀ ਮੈਂ ਨਾ ਤੁਹਾਡੇ ਕੋਲੋਂ ਨਾਰਾਜ਼ ਹਾਂ, ਪਲੀਜ਼ ਮੰਨ ਜਾਓ ਨਾ, ਮੰਨ ਜਾਓ, ਮੰਨ ਜਾਓ। ਪਰ ਫਿਰ ਬੰਦਾ ਨਾ ਕਿਸੇ ਕੋਲੋਂ ਕਹਾਉਂਦਾ ਵੀ ਇਹਨੂੰ ਕਹਿ ਮੈਂ ਨਾਰਾਜ਼ ਹਾਂ, ਪਲੀਜ਼ ਮੈਨੂੰ ਮਨਾਏ। ਕਾਲਰ ਨੂੰ ਪੁੱਛਦੇ ਹਾਂ ਜੀ, ਹੈਲੋ, ਸਤਿ ਸ਼੍ਰੀ ਅਕਾਲ ਗੁਲਾਬੋ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ? ਮੈਂ ਤੇਜਿੰਦਰ ਸਿੰਘ ਬੋਲ ਰਿਹਾ ਜੀ। ਤੇਜਿੰਦਰ ਜੀ, ਮੈਂ ਤੁਹਾਡੇ ਤੋਂ ਨਾਰਾਜ਼ ਹਾਂ। ਕਿਉਂ ਜੀ, ਤੁਸੀਂ ਕਦੋਂ ਨਾਰਾਜ਼ ਹੋ ਗਏ? ਐਵੇਂ ਅਜਾ ਟੌਪਿਕ ਚੈੱਕ ਕੀਤਾ ਸੀਗਾ ਨਾ, ਕੋਈ ਕਾਲ ਨਹੀਂ ਆਂਦੀ ਤਾਂ ਕਰਕੇ ਨਾਰਾਜ਼ ਹੋ ਗਏ। ਨਹੀਂ, ਤੁਸੀਂ ਤਾਂ ਕਦੇ ਕਦੇ ਕਰਦੇ ਹੋ ਨਾ, ਫਿਰ ਮੈਂ ਤਾਂ ਹੀ ਨਾਰਾਜ਼ ਹੋਈ ਆ। ਸਹੀ ਗੱਲ ਹੈ, ਇਹ ਵੀ ਠੀਕ ਆ। ਮਨਾਓ ਹੁਣ ਮੈਨੂੰ। ਤੁਹਾਨੂੰ ਮਨਾ ਲੈਣੀ ਆ ਜੀ, ਤੁਸੀਂ ਗੱਲ ਤਾਂ ਕਰੋ। ਕੀਤੀ ਤਾਂ ਹੈਗੀ ਆ, ਹੁਣ ਮਨਾਓ। ਰੁੱਸੇ ਦਾ ਹੈ ਨਹੀਂ, ਗੱਲ ਤਾਂ ਕਰੀ ਜਾਂਦੇ ਹੋ। ਉਹ ਮੇਰਾ ਤਾਂ ਰੁੱਸਣਾ ਇੰਨਾ ਕੀ ਹੁੰਦਾ ਆ, ਮੇਰਾ ਤਾਂ ਹਾਸਾ ਹੀ ਨਹੀਂ ਬੰਦ ਹੁੰਦਾ ਜਦੋਂ ਮੈਂ ਰੁੱਸ ਜਾ। ਗੁੱਸੇ ਵਾਲੀ ਸ਼ਕਲ ਬਣਾਵਾਂ ਫਿਰ ਲੱਗੂਗਾ ਕਿ ਮੈਂ ਨਾਰਾਜ਼ ਆ। ਮੇਰੀ ਵੋਟੀ ਰੁੱਸ ਜਾਂਦੀ ਹੈ ਜੀ ਕਈ ਵਾਰੀ। ਹਾਂ, ਰੁੱਸਦੇ ਨੇ ਨਾ ਤੁਹਾਡੇ ਕੋਲੋਂ, ਆ ਵੋਟੀਆਂ ਦਾ ਤਾਂ ਪੰਗਾ ਹੀ ਆਹੀ ਆ, ਕਿਉਂ ਰੁੱਸਦੇ ਨੇ? ਮਾੜਾ ਜਿਹਾ ਲੇਟ ਹੋ ਜਾਓ ਦਫ਼ਤਰ ਤੋਂ ਤਾਂ, ਜੇ ਕੋਈ ਚੀਜ਼ ਨਾ ਲਿਆ ਕੇ ਦੋ ਤਾਂ, ਦੱਸੋ ਕੀ ਕਰੀਏ। ਫਿਰ ਤੁਸੀਂ ਕਿਵੇਂ ਮਨਾਉਂਦੇ ਹੋ? ਬਸ ਜੀ, ਫਿਰ ਮਿੰਤਾ ਮੁੰਤਾ ਕਰ ਲਈ ਸੀ, ਗੋਡੇ ਹੱਥ ਲਾ ਲਈ ਦੇ। ਮਿੰਤਾ ਕਰਦੇ ਹੋ ਵੀ ਭੈਣ ਪਲੀਜ਼ ਮੰਨ ਜਾ, ਹੋਰ ਕੀ ਕਰੀਏ। ਨਹੀਂ ਤੇ ਤੁਸੀਂ ਵੀ ਕਦੇ ਨਾਰਾਜ਼ ਹੋਏ ਉਹਨਾਂ ਕੋਲੋਂ ਕਿਸੇ ਗੱਲ ਤੋਂ? ਹਾਂਜੀ, ਹੋ ਜੀ ਦਾ ਜਦੋਂ ਰੋਟੀ ਟਾਈਮ ਤੇ ਨਹੀਂ ਦਿੰਦੀ। ਅੱਛਾ, ਫਿਰ ਤੁਸੀਂ ਰੋਜ਼ ਜਾਂਦੇ ਹੋ? ਹੋਰ ਰੋਸ ਜੀ ਦਾ, ਪਰ ਆਪਾਂ ਆਪਣੀ ਬਾਹਰ ਜਾ ਕੇ ਖਾਈਦੇ, ਫਿਰ ਬਾਅਦ ਚ ਮਿੰਤਾ ਕਰਦੀ ਹੈ ਉਹ। ਅੱਛਾ, ਪਹਿਲਾਂ ਕਦੇ ਤੁਸੀਂ ਉਹਨਾਂ ਦੀਆਂ ਮਿੰਤਾ ਕਰ ਲੈਂਦੇ ਹੋ ਤੇ ਕਦੀ ਉਹ ਤੁਹਾਡੀਆਂ ਮਿੰਤਾ ਕਰ ਲੈਂਦੇ ਨੇ? ਹਾਂਜੀ ਹਾਂਜੀ, ਫਿਰ ਇਦਾਂ ਹੀ ਮਤਲਬ ਗੱਡੀ ਚੱਲਦੀ ਰਹਿੰਦੀ ਹੈ, ਰਸਨ ਰਸਾਉਣ ਦਾ ਕੰਮ ਚੱਲਦਾ ਰਹਿੰਦਾ। ਅੱਛਾ ਜੀ, ਮਤਲਬ ਜਾਣ ਕੇ ਹੁੰਦੇ ਹੋ ਨਾਰਾਜ਼, ਪਤਾ ਉਹਨਾਂ ਨੂੰ ਵੀ ਹੁੰਦਾ ਆ। ਰੋਣਾ ਸ਼ੁਰੂ ਕਰ ਦੇਗਾ। ਫੇਰ ਕਿਵੇਂ ਮਨਾਉਂਦੇ ਹੋ? ਮੈਂ ਫੋਨ ਦੇ ਦਿੰਦਾ, ਫਿਰ ਉਹ ਮੰਨ ਜਾਂਦਾ। ਅੱਛਾ, ਜਿੱਦ ਪੂਰੀ ਕਰਤੀ ਤੇ ਬੰਦਾ ਮੰਨ ਜਾਂਦਾ ਹਨਾ? ਹੋਰ ਤੇ ਮੈਡਮ ਨੂੰ ਜਦੋਂ ਤੁਸੀਂ ਸ਼ੋਪਿੰਗ ਨਹੀਂ ਕਰਾਉਂਦੇ ਪਹਿਲਾਂ ਤਾਂ ਉਹ ਆਰਾਮ ਨਾਲ ਕਹਿੰਦੇ ਹੋਣੇ ਆ ਵੀ ਭਾਈ ਸ਼ੋਪਿੰਗ ਕਰਾਉਣੀ ਆ ਕਿ ਨਹੀਂ ਕਰਾਉਣੀ, ਫਿਰ ਮਤਲਬ ਫਿਰ ਦੂਜੀ ਤਰ੍ਹਾਂ ਪੁੱਛਦੇ ਹੋਣੇ ਆ ਵੀ ਸ਼ੋਪਿੰਗ ਕਰਾਉਣੀ ਆ ਕਿ ਨਹੀਂ ਕਰਾਉਣੀ। ਹਾਂ, ਇਹ ਵੀ ਸਹੀ ਹੈ ਹਨਾ, ਸਹੀ ਗੱਲ। ਫਿਰ ਮਤਲਬ ਕੁੰਡਾ ਹੁੰਦਾ 12-13 ਹਜ਼ਾਰ ਦਾ ਕੁੰਡਾ ਹੋ ਜਾਂਦਾ? ਬਿਲਕੁਲ ਹੋ ਜਾਂਦਾ ਜੀ, ਫਿਰ ਤਾਂ ਕੰਨਾਂ ਨੂੰ ਹੱਥ ਲਾਉਂਦੇ ਵੀ ਹੁਣ ਨਹੀਂ ਜਾਣਾ, ਹੁਣ ਨਹੀਂ ਜਾਣਾ। ਫਿਰ ਜਦੋਂ ਅਗਲੀ ਵਾਰ ਨਾਰਾਜ਼ ਹੁੰਦੇ ਹੋਣੇ ਆ ਫਿਰ ਤੁਸੀਂ ਜਾਂਦੇ ਹੋਣੇ ਹੋ? ਫਿਰ ਤਾਂ ਹੁਣ ਚਿੜੀ ਵਿਚਾਰੀ ਕੀ ਕਰੇ ਜਾਂਦੀ, ਠੰਡਾ ਪਾਣੀ ਪੀ ਮਰੇ। ਚਿੜੀ ਵਿਚਾਰੀ ਤੇ ਨਹੀਂ ਲੱਗਦੀ ਮੈਨੂੰ ਇਹ ਵਾਲੀ ਚਿੜੀ ਹੈ।
ਵਿਚਾਰੀ ਹੋਇਆ ਜੀ ਵਿਚਾਰੀ ਹੋਈ ਹੈ ਨਹੀਂ ਮੈਨੂੰ ਇੱਕ ਗੱਲ ਦੱਸੋ ਜ਼ਰੂਰੀ ਹੈ ਵੀ ਛੋਟੇ ਹੀ ਵੱਡਿਆਂ ਕੋਲੋਂ ਨਾਰਾਜ਼ ਹੋਣ ਜਾਂ ਵੱਡੇ ਵੀ ਛੋਟਿਆਂ ਕੋਲੋਂ ਹੋ ਸਕਦੇ ਨੇ ਨਾਰਾਜ਼ ਮੈਂ ਤੁਹਾਨੂੰ ਪਹਿਲਾਂ ਵੀ ਨਾ ਦੱਸਿਆ ਜੀ ਮਤਲਬ ਇਹ ਚੱਲਦਾ ਰਹਿੰਦਾ ਕਦੇ ਇਹਨੂੰ ਰੁੱਸ ਗਈ ਕਿਤੇ ਮੈਂ ਰੁੱਸ ਗਿਆ ਜੀ ਕਦੇ ਉਹ ਰੁੱਸ ਗਏ ਇੱਕ ਗਾਣਾ ਵੀ ਨਾ ਮੇਰੇ ਨਾ ਕਰ ਮੇਰੀ ਜਾਨ ਸੱਜਣਾ ਹੈ ਨਾ ਜੀ ਸੁਣਿਆ ਤੁਸੀਂ ਨਹੀਂ ਨਹੀਂ ਤੁਸੀਂ ਸੁਣਾਓ ਮੈਂ ਨਹੀਂ ਸੁਣਿਆ ਐਵੇਂ ਰੁੱਸਿਆ ਨਾ ਕਰ ਮੇਰੀ ਜਾਨ ਸੱਜਣਾ ਇੱਕ ਦਿਨ ਜਾਣਾ ਏ ਜਹਾਨ ਸੱਜਣਾ ਅੱਛਾ ਹਾਂਜੀ ਹਾਂਜੀ ਇਹੀ ਕਹਿ ਕੇ ਮਨਾਉਂਦੇ ਹੋ ਤੁਸੀਂ ਉਹਨਾਂ ਨੂੰ ਜੀ ਨੇ ਕਹੇ ਹਾਂਜੀ ਹਾਂਜੀ ਜੀ ਸਭ ਪਤਾ ਲੱਗ ਗਿਆ ਮੈਨੂੰ ਤੁਸੀਂ ਕਿਵੇਂ ਮਨਾਉਂਦੇ ਉਹਨਾਂ ਨੂੰ ਹਾਂਜੀ ਹਾਂਜੀ ਉਹ ਕੋਲ ਹੀ ਬੈਠੇ ਨੇ ਨਾ ਜੀ ਉਹ ਹੈ ਨਹੀਂ ਹੁਣ ਡਿਊਟੀ ਗਏ ਹੋਏ ਨੇ ਤਾਂ ਹੀ ਮੈਨੂੰ ਗਾਣੇ ਸੁਣਾ ਰਹੇ ਹੋ ਤੁਸੀਂ ਕੀ ਕਰੀਏ ਜੀ ਨਾਰਾਜ਼ ਹੋ ਜਾਣਾ ਤੁਹਾਡੇ ਕੋਲੋਂ ਨਹੀਂ ਮੈਂ ਨੀ ਹੋਣਾ ਨਾਰਾਜ਼ ਹੋਣ ਦੀ ਕਿਹੜੀ ਲੋੜ ਹੈ ਦੱਸੋ ਹੈਨਾ ਪਰ ਮੈਂ ਸੋਚਿਆ ਅੱਜ ਆਪਣੇ ਕਾਲਜ ਕੋਲੋਂ ਨਾਰਾਜ਼ ਹੋ ਕੇ ਵੇਖੀਏ ਵੀ ਉਹਨਾਂ ਨੂੰ ਮੈਨੂੰ ਮਨਾਉਣਾ ਵੀ ਆਉਂਦਾ ਹੈ ਕਿ ਨਹੀਂ ਕਿਉਂਕਿ ਦੇਖ ਲਓ ਮੈਂ ਕਈ ਵਾਰ ਆਪਣੇ ਕਾਲਜ ਨੂੰ ਮਨਾਉਂਦੀ ਹਾਂ ਹਨਾ ਮੈਨੂੰ ਵੀ ਤਾਂ ਗੁੱਸਾ ਆਉਂਦਾ ਜਦੋਂ ਮੇਰੇ ਰੈਗੂਲਰ ਕਾਲਜ ਮੈਨੂੰ ਫੋਨ ਨਹੀਂ ਕਰਦੇ ਬਿਲਕੁਲ ਠੀਕ ਹੈ ਸੁਸਤੀਆਂ ਪਈਆਂ ਹੋਈਆਂ ਕੀ ਗੱਲ ਹੈਲੋ 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 ਸਤਿ ਸ਼੍ਰੀ ਅਕਾਲ ਕਿੱਥੇ ਚੱਲ ਗਏ ਮੈਂ ਫਿਰ ਨਾਰਾਜ਼ ਹੋ ਗਈ ਇਹਨਾਂ ਕੋਲੋਂ ਮੈਨੂੰ ਸਮਝ ਨਹੀਂ ਲੱਗਦੀ ਤੁਸੀਂ ਮੈਨੂੰ ਫੋਨ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੌਣ ਬੋਲਦੇ ਆਂਟੀ ਗਿੱਲ ਗਿੱਲ ਆਂਟੀ ਸ਼ੁਕਰ ਹੈ ਤੁਸੀਂ ਮੈਨੂੰ ਫੋਨ ਕੀਤਾ ਨਹੀਂ ਤਾਂ ਮੈਂ ਨਾਰਾਜ਼ ਹੋ ਜਾਣਾ ਸੀਗਾ ਲੈ ਮੈਂ ਤੈਨੂੰ ਮਾਫੀ ਮਿੰਟਾਂ ਜੀ ਮਨਾ ਲੈਣਾ ਸੀ ਤੇ ਰੁਸਣਾ ਕਾਦਾ ਚਲੋ ਮਨਾਓ ਮੰਨ ਲਓ ਕਿ ਮੈਂ ਤੁਹਾਡੇ ਤੋਂ ਨਾਰਾਜ਼ ਹੋ ਗਈ ਹੁਣ ਮਨਾਓ ਮੈਨੂੰ ਨਾ ਨਾ ਮੰਨ ਜਾ ਮੇਰੀ ਧੀ ਮੰਨ ਜਾ ਨਹੀਂ ਮੈਂ ਨਹੀਂ ਮੰਨਦਾ ਪੁੱਤ ਮੇਰੇ ਬੱਚੇ ਤੂੰ ਮੰਨ ਜਾ ਮੈਂ ਨਹੀਂ ਮੰਨਦਾ ਮੈਨੂੰ ਐ ਨਹੀਂ ਮੈਂ ਮੰਨਦੀ ਨਹੀਂ ਨਹੀਂ ਮੰਨਣਾ ਪਏਗਾ ਮੰਨ ਐ ਨਹੀਂ ਮੈਂ ਮੰਨਦੀ ਛੋਟੀ ਜੀ ਬੱਚੀ ਮੰਨ ਜਾ ਨਹੀਂ ਰੁੱਸੀ ਦਾ ਰੁੱਸਣਾ ਬੜਾ ਮਾੜਾ ਹੁੰਦਾ ਹੈ ਕਿੰਨੇ ਪਿਆਰ ਨਾਲ ਮਨਾਉਂਦੇ ਹੋ ਕਦੀ ਕੋਈ ਮਨਾਉਂਦਾ ਵੀ ਨਹੀਂ ਭੁੱਖੇ ਫਿਰੇ ਹੀ ਜਾਂਦਾ ਹੈ ਕਈ ਵਾਰੀ ਕੋਈ ਮਨਾਏਗਾ ਨਾ ਤੇ ਫਿਰ ਭੁੱਖ ਲੱਗੇਗਾ ਮਨਾਏ ਤੇ ਰੋਟੀ ਖਾਈਏ ਜੇ ਕੋਈ ਨਹੀਂ ਮਨਾਏਗਾ ਤੇ ਫਿਰ ਆਪਾਂ ਕਿਵੇਂ ਖਾਵਾਂਗੇ ਫਿਰ ਭੁੱਖੇ ਹੀ ਸਾਰਿਆਂ ਦੇ ਬੈਠੇ ਰਹਾਂਗੇ ਆਂਟੀ ਕਈ ਵਾਰ ਹੁੰਦਾ ਨਾ ਜਿੱਦਾਂ ਆਪਾਂ ਨਾਰਾਜ਼ ਹੋ ਗਿਆ ਹਨਾ ਮੰਨ ਲਓ ਹਸਬੈਂਡ ਵਾਈਫ ਜਾਂ ਬੱਚੇ ਆਪਸ 'ਚ ਪਾਪਾ ਮੰਮੀ ਕੋਲੋਂ ਨਾਰਾਜ਼ ਹੋ ਗਏ ਨੇ ਹਨਾ ਉਹ ਕਹਿੰਦੇ ਆਪਾਂ ਰੋਟੀ ਨਹੀਂ ਖਾਣੀ ਦਿਲ ਕਰ ਰਿਹਾ ਹੁੰਦਾ ਵੀ ਖਾ ਲਈਏ ਆਪਣੀ ਫੇਵਰੇਟ ਚੀਜ਼ ਬਣੀ ਹੁੰਦੀ ਆ ਹਨਾ ਪਰ ਉਹ ਜਿਹੜੀ ਦਿਲ 'ਚ ਆਕੜ ਹੈ ਜਾਂ ਉਹ ਨਾਰਾਜ਼ਗੀ ਹੈ ਉਹ ਨਹੀਂ ਅਲਾਓ ਕਰਦੀ ਸਾਨੂੰ ਵੀ ਆਪਾਂ ਖਾ ਲਈਏ ਰੋਟੀ ਰੁੱਸਿਆ ਹੁੰਦਾ ਨਾ ਬੰਦਾ ਤੁਸੀਂ ਰੋਸਦੇ ਹੋ ਚਲੋ ਤੁਸੀਂ ਰੋਸ ਜੋ ਮੈਂ ਤੁਹਾਨੂੰ ਮਨਾਉਂਦੀ ਹਾਂ ਮੈਂ ਤੇ ਰੋਸਦੀ ਕੋਈ ਨਹੀਂ ਜੇ ਮੈਂ ਪੁੱਛਾਂਗੇ 5 ਮਿੰਟਾਂ ਬਾਅਦ ਆਪੇ ਹੀ ਠੀਕ ਹੋਣੀ ਆ ਜਿਹੜਾ ਕੋਈ ਸ਼ਕੜਾ ਰੱਜ ਕੇ ਖਾ ਲਈਦਾ ਕਿਉਂ ਰੁੱਸਾਂਗੇ ਕਿਸੇ ਦਾ ਕੀ ਵਿਗੜੇਗਾ ਭੁੱਖੇ ਆ ਮਰਾਂਗੇ ਕਈ ਵਾਰੀ ਹੁੰਦਾ ਆਂਟੀ ਮੇਰੇ ਕੋਈ ਨਾ ਹਾਂਜੀ ਮੈਂ ਰੋਸਦੀ ਨਹੀਂ ਮੈਂ ਥੋੜਾ ਬਹੁਤ ਰੁੱਸਾਂਗੀ ਤੇ ਮੈਂ ਨਹੀਂ ਮੈਂ ਤਾਂ ਭੁੱਖੀ ਮਰਾਂਗੀ ਮੈਂ ਚੁੱਕ ਕੇ ਰੋਟੀ ਖਾ ਲੈਣੀ ਆਪੇ ਰੁੱਸੇ ਮੈਂ ਹਟ ਗਿਆ ਉਹ ਕਹਿੰਦੇ ਨਾ ਰੁੱਸਣਾ ਤਾਂ ਬੰਦੇ ਕੋਲ ਰੋਟੀ ਤੋਂ ਥੋੜੀ ਨਾਰਾਜ਼ਗੀ ਆ ਕੋਈ ਮੈਨੂੰ ਮੇਰੇ ਕਾਲਜ ਨਾਲ ਨਾ ਇੰਨਾ ਪਿਆਰ ਆ ਉਹ ਮੇਰੇ ਨਾਲ ਗੱਲਾਂ ਮਾਰਦੇ ਰਹਿੰਦੇ ਨੇ ਮੈਂ ਵੀ ਜਬਲੀਆਂ ਮਾਰੀ ਜਾਂਦੀ ਹਾਂ ਆਪਣੀ ਠੀਕ ਹੈ ਜੀ ਆਂਟੀ ਥੈਂਕ ਯੂ ਤੁਸੀਂ ਬਹੁਤ ਵਧੀਆ ਆਈਡੀਆ ਦਿੱਤਾ ਜਿਹੜੇ ਕਾਲਜ ਉਹਨਾਂ ਨੂੰ ਕਹਿਣਾ ਵੀ ਹੌਲੀ ਹੌਲੀ ਨਹੀਂ ਗੱਲ ਕਰਨੀ ਤੁਸੀਂ ਫਟਾਫਟ ਗੱਲ ਕਰੋ ਕਿਉਂਕਿ ਮੇਰੇ ਅਗਲੇ ਕਾਲਜ ਵੀ ਤਿਆਰ ਹੁੰਦੇ ਨੇ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੌਣ ਬੋਲਦੇ ਮੇਰੀ ਕੌਣ ਬੋਲਦੇ ਆਂਟੀ 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 ਕਿਹੜੇ ਆਂਟੀ ਨਰਿੰਦਰ ਓਕੇ ਜੀ ਆਂਟੀ ਜੀ ਸਤਿ ਸ਼੍ਰੀ ਅਕਾਲ ਕਿੱਥੋਂ ਬੋਲ ਰਹੇ ਹੋ ਨਿਊਯਾਰਕ ਤੋਂ ਨਿਊਯਾਰਕ ਤੋਂ ਤੇ ਆਂਟੀ ਤੁਸੀਂ ਅੱਜ ਰੁੱਸਣਾ ਆ ਕਿ ਮੈਨੂੰ ਮਨਾਉਣਾ ਆ ਬਈ ਮੈਂ ਤੇ ਕੱਲ ਦੀ ਰੁੱਸੀ ਆ ਮੇਰੀ ਕਾਲ ਨਹੀਂ ਲੱਗੀ ਤੇਰੇ ਨੂੰ ਮੇਰਾ ਬਹੁਤ ਮੈਂ ਮਿਸ ਕੀਤਾ ਮੇਰੀ ਕਾਲ ਲੈਣ ਤੇ ਰਹੀ ਮੈਨੂੰ ਮਿਲੀ ਨਹੀਂ ਤੇਰੀ ਕਾਲ ਸੱਚੀ ਮੈਂ ਹੁਣੀ ਚੈਨਲ ਵਾਲਿਆਂ ਨੂੰ ਪੁੱਛਦੀ ਆ
ਕੱਲ ਰੁੱਸੀ ਐ ਤੇਰੇ ਨਾਲ। ਚਲੋ ਤੁਸੀਂ ਰੁੱਸੋ, ਮੈਂ ਮਨਾਵਾਂ ਤੁਹਾਨੂੰ। ਨਹੀਂ ਮੈਂ ਖਾ ਪੀ ਲੈਣੀ ਆ, ਕਿਲੋ ਚੀਜ਼ ਖਾ ਲੋ ਨਾ ਫਿਰ ਰਸੇਵਾ ਲੱਥ ਜਾਂਦਾ। ਅੱਛਾ ਰੋਟੀ ਖਾ ਲੋ ਤੇ ਨਾਰਾਜ਼ਗੀ ਦੂਰ ਹੋ ਜਾਂਦੀ ਆ। ਹਾਂ ਭੁੱਖੇ ਨਹੀਂ ਰਹਿਣਾ ਚਾਹੀਦਾ, ਇੰਡੀਆ ਰਹੀਦਾ ਸੀ ਨਾ ਜਦੋਂ ਰੁੱਸ ਜਾਈਦਾ ਸੀ ਨਾ। ਹਾਂਜੀ ਦੋ ਦੋ ਦਿਨ ਰੋਟੀ ਵੀ ਨਹੀਂ ਸੀ, ਪਾਣੀ ਵੀ ਨਹੀਂ ਪੀਣਾ ਜੀ ਅਸੀਂ। ਅੱਛਾ ਰੋਸ ਕੇ ਬਹਿ ਜਾਣਾ ਤੇ ਫਿਰ ਤੁਸੀਂ ਬਾਹਰ ਜਾ ਕੇ ਸੋਚਿਆ ਵੀ ਐਵੇਂ ਰੋਟੀ ਪਾਣੀ ਬਹੁਤ ਸੀ। ਅੱਛਾ ਉਹਤੇ ਸੱਸਾ ਨੇ ਮਨਾਉਣਾ, ਨਣਾਨਾ ਨੇ ਮਨਾਉਣਾ ਵੀ ਵੇ ਤੂੰ ਭਾਬੀ ਰੋਟੀ ਖਾ ਲੈ। ਨਹੀਂ ਮੈਂ ਨਹੀਂ ਖਾਣੀ, ਬਸ ਪੱਥਰ ਤੇ ਲੀ ਕੇ ਮੈਂ ਨਹੀਂ ਖਾਣੀ। ਨਹੀਂ ਖਾਣੀ, ਮੂੰਹ ਵਿੱਚ ਪਾਬੋ ਦੇ ਨੰਦ ਬੁਰਕੀਆਂ ਪਾਵੇ ਪਾਵੇ, ਇਹ ਹਿਸਾਬ ਹੁੰਦਾ ਹੁੰਦਾ ਸੀ। ਵੀਰ ਤੇਰਾ ਅੰਕਲ ਤੇਰਾ ਬਾਹਰ ਸੀ। ਅੱਛਾ ਰੁੱਸ ਪਈ ਦਾ ਸੀ, ਬੜੀਆਂ ਯਾਦਾਂ ਹੁੰਦੀਆਂ ਪਿਛਲੀਆਂ। ਅੱਛਾ ਤੇ ਨਹੀਂ ਕਦੀ ਤੁਸੀਂ ਵੀ ਕਿਸੇ ਨੂੰ ਮਨਾਇਆ ਹੋਏ ਰੁੱਸੇ ਹੋਏ ਨੂੰ? ਉਹ ਤੇ ਤੈਨੂੰ ਪਤਾ ਹੀ ਆ, ਸਲੀਮ ਜੀ ਨੇ ਗਾਣਾ ਵੀ ਸਹੀ ਗਾਇਆ ਨਾ। ਕਿਹੜਾ? ਐਵੇਂ ਨਾ ਰੁੱਸਿਆ ਕਰ ਟੋਲਾ, ਤੇਰੇ ਸੇਰੇ ਆਂਦੇ ਨਾਲ ਵਿਆਹੀ ਹੋਈ ਆ। ਬਿਲਕੁਲ ਜੀ, ਨਹੀਂ ਪਰ ਕਹਿੰਦੇ ਜ਼ਰੂਰੀ ਵੀ ਹੋ ਜਾਂਦਾ ਕਈ ਵਾਰ ਰੁੱਸਣਾ ਮਨਾਉਣਾ, ਹੁੰਦਾ ਇੱਦਾਂ? ਨਹੀਂ ਰੁੱਸੀ ਦਾ ਤੇ ਬਹੁਤ ਹੈ, ਇਹ ਤੇ ਤੂੰ ਛੱਡ ਗੱਲਾਂ। ਬਿਲਕੁਲ ਏਦਾਂ ਹੀ ਹੁੰਦਾ, ਸਾਰੇ ਪਤਾ ਕੀ ਸੋਚਦੇ, ਇਹਨੂੰ ਬਣਾਉਣਾ ਤਾਂ ਬਹੁਤ ਹੀ ਸੌਖਾ, ਬਹੁਤ ਸੌਖਾ ਆ, ਇਹਨੂੰ ਕੀ ਕਰਨਾ ਆ, ਟੌਫੀ ਚੌਕਲੇਟ ਲੈ ਦੇਣੀ ਆ। ਹਾਂ ਟੌਫੀ ਲੈ ਲੈ, ਚੌਕਲੇਟ ਲੈ ਲੈ, ਡਾਲੀ ਮਾਂ ਦੀ ਟੌਫੀ ਲੈ ਲੈ। ਓ ਅੱਛਾ ਮੈਨੂੰ ਗੱਲ ਆਈ ਨਾ ਤੁਸੀਂ, ਕੋਈ ਗੱਲ ਨਹੀਂ ਮੈਂ ਕਰਦੀ। ਮੈਂ ਫਿਰ ਤੁਹਾਡੇ ਤੋਂ ਨਾਰਾਜ਼ ਹੋ ਗਈ, ਤੁਸੀਂ ਮੈਨੂੰ ਗੱਲ ਲਾਤੀ, ਤੁਸੀਂ ਮੈਨੂੰ ਨਿੱਕੀ ਜੀ ਬੱਚੀ ਕਹਿਤਾ ਤੇ ਮੈਂ ਨਾਰਾਜ਼ ਹੋ ਕੇ ਨਾ ਹੁਣ ਮੈਂ ਚੱਲੀ ਆ ਜੀ। ਹਾਂ ਲੈ ਰਾਜੀ ਵਾਪਸ ਆ ਜੀ, ਆਉਂਗੀ ਜੀ ਇੱਕ ਨਿੱਕੇ ਜੇ ਪਿਆਰੇ ਜੇ ਬ੍ਰੇਕ ਤੋਂ ਬਾਅਦ। ਥੋੜਾ ਥੋੜਾ ਰੁੱਸਣਾ ਜ਼ਰੂਰ ਚਾਹੀਦਾ, ਥੋੜਾ ਥੋੜਾ ਰੁੱਸਣਾ ਜ਼ਰੂਰ ਚਾਹੀਦਾ। ਬਿਲਕੁਲ ਜੀ, ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ। ਸਿਲਸਿਲਾ ਚੱਲ ਰਿਹਾ ਸੀਗਾ ਜੀ ਰੁੱਸਣ ਅਤੇ ਮਨਾਉਣ ਦਾ, ਨਹੀਂ 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 ਰੁੱਸਣ ਅਤੇ ਮਨਾਉਣ ਦਾ, ਕਿਉਂਕਿ ਮੈਂ ਰੁੱਸਣਾ ਆ ਤਾਂ ਤੁਸੀਂ ਮੈਨੂੰ ਮਨਾਉਣਾ ਆ। ਚਲੋ ਠੀਕ ਹੈ, ਤੁਸੀਂ ਰੁੱਸ ਜਾਓ, ਮੈਂ ਤੁਹਾਨੂੰ ਮਨਾ ਲੂੰਗੀ। ਹੁਣ ਵੇਖ ਲਓ ਮੇਰੀ ਇੱਕ ਕਾਲ ਨਾ ਕਿਸੇ ਨਾਲ ਗੱਲ ਹੋ ਰਹੀ ਸੀਗੀ, ਉਹਨਾਂ ਦਾ ਫੋਨ ਕੱਟਿਆ ਗਿਆ, ਉਹ ਮੇਰੇ ਤੋਂ ਨਾਰਾਜ਼ ਹੋ ਗਏ ਹੋਣੇ ਆ, ਮੇਰੇ ਤੋਂ ਰੁੱਸ ਗਏ ਹੋਣੇ ਆ। ਮੈਂ ਮਨਾ ਲੂੰਗੀ, ਕੋਈ ਗੱਲ ਨਹੀਂ ਜੀ, ਤੁਸੀਂ ਫਿਰ ਫੋਨ ਲਾ ਲਓ, ਮੈਂ ਤੁਹਾਨੂੰ ਮਨਾ ਲੂੰਗੀ। ਅੱਛਾ ਮੈਂ ਪਤਾ ਰੁੱਸਣ ਅਤੇ ਮਨਾਉਣ ਵਿੱਚ ਮੇਰੇ ਨਾਲੋਂ ਜ਼ਿਆਦਾ ਤਾਂ ਕੋਈ ਚੰਗਾ ਹੈ ਹੀ ਨਹੀਂ। ਵੈਸੇ ਰੁੱਸਣ ਵਿੱਚ ਮੈਂ ਬਾਹਲੀ ਕਪੱਤੀ ਹਾਂ, ਜਦੋਂ ਮੈਂ ਰੁੱਸ ਜਾਂਦੀ ਹਾਂ ਨਾ ਅਤੇ ਫਿਰ ਬੰਦੇ ਦੀ ਚੰਗੀ ਰਗੜਾ ਲਵਾਉਂਦੀ ਹਾਂ। ਆਪਣੇ ਡੈਡੀ ਜੀ ਕੋਲ ਜਦੋਂ ਮੈਂ ਰੁੱਸਦੀ ਹਾਂ ਨਾ ਫਿਰ ਮੈਂ ਉਹਨਾਂ ਕੋਲੋਂ ਸ਼ੋਪਿੰਗ ਕਰਵਾਉਂਦੀ ਹਾਂ, ਫਿਰ ਉਹਨਾਂ ਨੂੰ ਕਹਿੰਦੀ ਹਾਂ ਵੀ ਮੈਨੂੰ ਘੁਮਾਉਣ ਲੈ ਕੇ ਜਾਓ। ਇੱਕ ਸਿੱਧਾ ਜਿਹਾ ਫੰਡ ਹੈ ਜੀ, ਜਦੋਂ ਕੋਈ ਰੁੱਸ ਜੇ ਉਹਦੀਆਂ ਫੇਵਰੇਟ ਚੀਜ਼ਾਂ ਉਹਨੂੰ ਖਵਾ ਦਿਉ, ਉਹਦੀਆਂ ਫੇਵਰੇਟ ਜਗ੍ਹਾ 'ਤੇ ਉਹਨੂੰ ਲੈ ਕੇ ਘੁਮਾ ਦਿਉ, ਬਸ ਬੰਦਾ ਆਪ ਰੁੱਸ ਜੂ। ਖਰਚਾ ਤਾਂ ਚਲੋ ਹੁੰਦਾ ਹੀ ਆ ਰੁੱਸਣ ਮਨਾਉਣ ਵਿੱਚ, ਪਰ ਫਾਇਦਾ ਵੀ ਹੁੰਦਾ ਆ, ਦੂਜਾ ਬੰਦਾ ਤੁਹਾਡੇ ਕੋਲੋਂ ਮਨ ਜਾਂਦਾ ਆ। ਅੱਛਾ ਕਈ ਵਾਰ ਹੁੰਦਾ ਬੰਦਾ ਰੁੱਸਿਆ ਹੁੰਦਾ ਨਾ, ਉਹਨੂੰ ਦੂਜੇ ਬੰਦੇ ਨੂੰ ਕਹਿਣਾ ਪੈਂਦਾ ਮੈਨੂੰ ਮਨਾਉਣ ਵਾਸਤੇ, ਵੀ ਆਪ ਨੂੰ ਉਹਨੂੰ ਲੈ ਕੇ ਜਾਣਾ ਪੈਂਦਾ ਬਾਹਰ ਵੀ ਭਾਈ ਮੈਨੂੰ ਮਨਾ ਲਾ, ਇੱਦਾਂ ਵੀ ਹੁੰਦਾ ਆ। ਮੇਰੇ ਨਾਲ ਕਈ ਵਾਰੀ ਹੋਇਆ ਆ, ਪਰ ਜਦੋਂ ਦੂਜਾ ਬੰਦਾ ਰੁੱਸਦਾ ਨਾ ਮੈਂ ਮਨਾਉਂਦੀ ਵੀ ਬਹੁਤ ਵਧੀਆ ਤਰੀਕੇ ਨਾਲ ਆ। ਫਿਰ ਉਹਦੀਆਂ ਫੇਵਰੇਟ ਚੀਜ਼ਾਂ ਉਹਨੂੰ ਲੈ ਕੇ ਦੇਈਦੀਆਂ ਨੇ, ਉਹਨੂੰ ਘੁਮਾਉਣ ਲੈ ਕੇ ਜਾਈਦਾ ਆ, ਉਹਨੂੰ ਪਿਆਰ ਨਾਲ ਕਹੀਦਾ ਆ ਕਿ ਹੋਇਆ ਰੁੱਸ ਨਾਲ ਹੀ ਕਿਹੜੀ ਗੱਲ ਹੈ। ਪਰ ਕਹਿੰਦੇ ਨੇ ਕਿਸੇ ਵੀ ਰਿਸ਼ਤੇ ਵਿੱਚ ਨਾ ਜਦੋਂ ਪਲੇਨ ਜਿਹਾ ਰਿਸ਼ਤਾ ਚੱਲ ਰਿਹਾ ਹੁੰਦਾ ਨਾ ਫਿਰ ਬੰਦੇ ਨੂੰ ਹੁੰਦਾ ਕਿ ਨਹੀਂ, ਕਿਤੇ ਨਾ ਕਿਤੇ ਨਾ ਬੰਦੇ ਨੂੰ ਹੁੰਦਾ ਵੀ ਚਾਅ ਜਿਹਾ ਹੁੰਦਾ ਵੀ ਮੈਂ ਰੁੱਸਾਂ ਉਹ ਮੈਨੂੰ ਮਨਾਏ, ਫਿਰ ਚੰਗਾ ਜਿਹਾ ਲੱਗਦਾ ਫਿਰ ਰਿਸ਼ਤੇ ਦੇ ਵਿੱਚ ਨਾ। ਕਹਿੰਦੇ ਕਿ ਵਧੀਆ ਜਿਹੜੇ ਤੁਹਾਡੇ ਰਿਲੇਸ਼ਨਸ ਨੇ ਉਹ ਵਧੀਆ ਹੋਰ ਵਧੀਆ ਹੋ ਜਾਂਦੇ ਨੇ, ਕਿਉਂਕਿ ਜਦੋਂ ਚੀਜ਼ ਪਲੇਨ ਹੋਣ ਲੱਗ ਪੈਂਦੀ ਹੈ ਨਾ ਬੋਰਿੰਗ ਹੋ ਜਾਂਦੀ ਆ। ਪਰ ਨਹੀਂ, ਬੋਰਿੰਗ ਨਹੀਂ ਆਪਾਂ ਕਿਸੇ ਵੀ ਰਿਸ਼ਤੇ ਨੂੰ ਹੋਣ ਦੇਣਾ। ਤੁਹਾਡਾ ਅਤੇ ਮੇਰਾ ਰਿਸ਼ਤਾ ਵੇਖੋ ਕਿੰਨਾ ਵਧੀਆ ਆ, ਮੇਰੇ ਕਾਲਰ ਦਾ ਅਤੇ ਮੇਰਾ ਰਿਸ਼ਤਾ, ਉਹਨੂੰ ਵੀ ਆਪਾਂ ਬੋਰਿੰਗ ਨਹੀਂ ਹੋਣ ਦੇਣਾ ਜੀ। ਤੁਸੀਂ ਮੈਨੂੰ ਕਾਲ ਕਰਦੇ ਰਹਿਣਾ ਅਤੇ ਮੈਂ ਤੁਹਾਨੂੰ ਰੁੱਸਣ ਤੋਂ ਮਨਾਉਂਦੇ ਰਹਿਣਾ ਆ। ਸਿੱਧੀ ਜੀ ਗੱਲ, ਮੈਨੂੰ ਇੱਕ ਗਾਣਾ ਚੇਤੇ ਆ ਰਿਹਾ ਸੀਗਾ, ਕਹਿੰਦੇ ਨੇ ਨੀਤੂ ਰੁੱਸਣਾ ਸਿੱਖ ਗਈ ਸਖੀਆਂ ਤੋਂ, ਤੈਨੂੰ ਯਾਰ ਮਨਾਉਣਾ ਨਹੀਂ ਆਇਆ। ਵਾਕਈ ਕਈ ਵਾਰ ਕੀ ਹੁੰਦਾ ਆਪਾਂ ਸਹੇਲੀਆਂ ਕੋਲੋਂ ਪੁੱਛ ਲੈਂਦੇ ਹਾਂ ਕਿ ਨਾ ਮੈਂ ਰੁੱਸਣਾ ਆ, ਮੈਂ ਕਿੱਦਾਂ ਰੁੱਸਾਂ, ਪਰ ਇਹ ਤਾਂ ਪੁੱਛ ਲਓ ਵੀ ਮਨਾਉਣਾ ਕਿੱਦਾਂ ਆ। ਨਹੀਂ ਤਾਂ ਦੂਜਾ ਬੰਦਾ ਪੁੱਛਦਾ ਯਾਰ ਰੁੱਸੀ ਕਾਹਨੂੰ ਹੈ, ਕਈ ਵਾਰ ਤਾਂ ਉਹਨੂੰ ਪਤਾ ਹੀ ਨਹੀਂ ਹੁੰਦਾ, ਬੰਦਾ ਪਹਿਲਾਂ ਦੱਸਦਾ ਆ ਮੈਂ ਇਸ ਗੱਲੋਂ ਰੁੱਸੀ ਹਾਂ, ਹੈ ਨਾ, ਅਤੇ ਮੈਨੂੰ ਹੁਣ ਮਨਾਓ, ਹੁਣ ਜਿੱਦਾਂ ਮੇਰੇ ਕਾਲਰ ਮੈਨੂੰ ਦੱਸਣਗੇ ਹੈਲੋ। ਅੱਜ ਲੱਗਦਾ ਮੇਰੇ ਸਾਰੇ ਕਾਲਰ ਮੇਰੇ ਤੋਂ ਨਾਰਾਜ਼ ਨੇ, ਮੈਂ ਕੀ ਕਰਾਂ। ਅਤੇ ਜਿਸ ਦਿਨ ਹੋ ਗਈ ਨਾ ਗੁਲਾਬੋ ਨਾਰਾਜ਼, ਉਸ ਦਿਨ ਪੰਗਾ ਪੈਣਾ ਆ, ਹੁਣ ਤਾਂ ਤੁਸੀਂ ਹੋ ਹੀ ਜਾਂਦੇ ਹੋ। ਹੈਲੋ,
ਆ ਕੀ ਹੋ ਗਿਆ ਅੱਜ? ਮੈਨੂੰ ਤਾਂ ਸਮਝ ਨਹੀਂ ਲੱਗਦੀ, ਸਾਰੇ ਕਾਲਰ ਪੈਚ ਹੋਈ ਜਾਂਦੇ, ਫਿਰ ਕੱਟੀ ਜਾਂਦੇ ਫੋਨ, ਮੈਂ ਕਿਹੜੀ ਗੱਲ ਕਰਤੀ ਜਿਹੜੇ ਤੁਸੀਂ ਮੇਰੇ ਤੋਂ ਨਾਰਾਜ਼ ਹੋਈ ਜਾਂਦੇ ਹੋ? ਮੈਨੂੰ ਮਨਾਉਣਾ ਤਾਂ ਬਾਹਲਾ ਹੀ ਸੌਖਾ ਹੈ, ਮੇਰੀ ਗਿੱਲ ਆਂਟੀ ਨੇ ਮੈਨੂੰ ਕਿੰਨੇ ਪਿਆਰ ਨਾਲ ਮਨਾਇਆ, ਕੀ ਕਹਿੰਦੇ ਸੀਗੇ, ਪੁੱਤ ਮਣ ਜਾ, ਗੁੱਸਾ ਕਾਹਦਾ ਆ, ਮਣ ਜਾ ਪਲੀਜ਼, ਤਾਂ ਮੈਂ ਮਣ ਗਈ ਸੀਗੀ। ਉਹਨਾਂ ਨੇ ਇੱਕ ਆਂਟੀ ਨੇ ਮੈਨੂੰ ਇਹ ਵੀ ਕਿਹਾ ਵੀ ਤੈਨੂੰ ਮਨਾਉਣਾ ਤਾਂ ਬਾਹਲਾ ਹੀ ਸੌਖਾ ਆ, ਤੈਨੂੰ ਟੋਫੀਆਂ ਚੋਕਲੇਟਾਂ ਲੈ ਕੇ ਦੇ ਦਿਓ ਤਾਂ ਤੂੰ ਮਣ ਜਾਣਾ ਆ। ਪਰ ਇੰਨਾ ਵੀ ਸੌਖਾ ਨਹੀਂ ਹੈਗਾ ਆਂਟੀ, ਮੈਂ ਪਤਾ ਕਈ ਵਾਰ ਤਾਂ ਇੰਨੀ ਇੰਨੀ ਮਹਿੰਗੀ ਸ਼ੋਪਿੰਗ ਕਰਾ ਦਿੰਦੀ ਹਾਂ ਨਾ ਡੈਡੀ ਜੀ ਦੀ ਜਦੋਂ ਮੈਂ ਰੁੱਸੀ ਹੋਣੀ ਹਾਂ, ਵੀ ਕੀ ਗੱਲ ਆ, ਮੈਂ ਮੰਨੀ ਨਹੀਂ ਹਾਲੇ ਤੱਕ, ਮੈਨੂੰ ਹੋਰ ਮਨਾਓ। ਪਰ ਮੈਨੂੰ ਲੱਗਦਾ ਅੱਜ ਮੇਰੇ ਮੰਮੀ ਡੈਡੀ ਮੇਰੇ ਤੋਂ ਨਾਰਾਜ਼ ਹੋ ਗਏ ਹੋਣੇ ਆ, ਕਿਉਂਕਿ ਮੈਨੂੰ ਨਾ ਕੱਲ੍ਹ ਦਾ ਉਹਨਾਂ ਨੂੰ ਫੋਨ ਨਹੀਂ ਕੀਤਾ, ਮੇਰੇ ਤੋਂ ਨਾਰਾਜ਼ ਹੋ ਗਏ ਹੋਣੇ ਆ ਵੀ ਕੀ ਗੱਲ ਅੱਜ ਸਲੋਨੀ ਨੇ ਮੈਨੂੰ ਫੋਨ ਨਹੀਂ ਕੀਤਾ। ਪਰ ਮੈਂ ਵੀ ਉਹਨਾਂ ਨੂੰ ਬੁਲਾ ਲਾਂਗੀ, ਮੈਂ ਅੱਜ ਦੋ ਵਾਰੀ ਫੋਨ ਕਰ ਦੇਣਾ ਆ, ਹੈ ਕਿ ਨਹੀਂ? ਅੱਛਾ, ਹਸਬੈਂਡ ਵਾਈਫ ਨਾਰਾਜ਼ ਜ਼ਿਆਦਾਤਰ ਕਿਹੜੀ ਗੱਲਾਂ ਤੋਂ ਹੁੰਦੇ ਨੇ? ਵਾਈਫ ਨੇ ਫੋਨ ਨਹੀਂ ਚੱਕਿਆ, ਜਾਂ ਹਸਬੈਂਡ ਨੇ ਫੋਨ ਨਹੀਂ ਚੱਕਿਆ, ਜਾਂ ਵਾਈਫ ਨੇ ਰੋਟੀ ਨਹੀਂ ਵਧੀਆ ਬਣਾਈ, ਜਾਂ ਫਿਰ ਬੱਚੇ ਨਾਰਾਜ਼ ਹੋ ਜਾਂਦੇ ਨੇ, ਡੈਡੀ ਜੀ ਆਈਸਕ੍ਰੀਮ ਨਹੀਂ ਲੈ ਕੇ ਆਏ। ਕਾਲਰਸ ਨਾਲ ਵੀ ਗੱਲ ਕਰ ਲੈਂਦੇ ਵੀ ਉਹ ਕੀ ਕਹਿਣਾ ਚਾਹੁੰਦੇ ਨੇ, ਜਾਂ ਉਹ ਕਦੋਂ ਨਾਰਾਜ਼ ਹੁੰਦੇ ਨੇ। ਹੈਲੋ, ਹੈਲੋ, ਹਾਈ, ਹਾਈ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਕੌਣ ਬੋਲਦੇ? ਪੁਨੀਤ ਕੌਰ। ਹਾਈ ਪੁਨੀਤ ਕੌਰ, ਕਿੱਥੋਂ ਬੋਲਦੇ? ਅਮਰੀਕਾ ਤੋਂ। ਅਮਰੀਕਾ ਤੋਂ? ਮੈਂ ਵੀ ਜਾਣਾ ਅਮਰੀਕਾ। ਆ ਜਾਓ ਇੱਥੇ। ਆ ਜਾ। ਹਾਂਜੀ। ਕਿੱਦਾਂ, ਜਹਾਜ਼ 'ਚ ਚੜ੍ਹ ਕੇ? ਹਾਂਜੀ। ਤੁਸੀਂ ਕਿੱਥੋਂ ਗਏ ਸੀਗੇ? ਮੈਂ ਤੁਹਾਨੂੰ ਸ਼ੋਅ ਬਹੁਤ ਚੰਗਾ ਲੱਗਦਾ ਤੁਹਾਡਾ। ਆ ਸ਼ੋਅ ਚੰਗਾ ਲੱਗਦਾ ਤੇ ਫਿਰ ਫੋਨ ਕਰਨਾ ਆ ਰੋਜ਼। ਓਕੇ, ਨਹੀਂ ਤਾਂ ਦੀਦੀ ਨਾਰਾਜ਼ ਹੋ ਜੂਗੀ। ਠੀਕ ਹੈ, ਓਕੇ, ਫਿਰ ਤੁਸੀਂ ਮੈਨੂੰ ਮਨਾਓਗੇ ਪੱਕਾ? ਓਕੇ, ਠੀਕ ਹੈ। ਮੈਨੂੰ ਵੀ ਤੁਹਾਡਾ ਬਹੁਤ ਪਿਆਰ ਹੈ, ਮੈਨੂੰ ਵੀ ਤੁਸੀਂ ਬਹੁਤ ਚੰਗੇ ਲੱਗਦੇ, ਇਸ ਕਰਕੇ ਤੁਸੀਂ ਮੈਨੂੰ ਰੋਜ਼ ਫੋਨ ਕਰਨਾ। ਹੁਣ ਮੈਂ ਵੇਟ ਕਰਨੀ ਤੁਹਾਡੇ ਕਾਲ ਦੀ, ਠੀਕ ਹੈ? ਓਕੇ, ਬਾਏ। ਅਗਲੇ ਕਾਲਰ ਨਾਲ ਗੱਲ ਕਰਦੇ ਹਾਂ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਕੌਣ ਬੋਲਦੇ? ਮੈਂ ਹਰਭਜਨ ਸਿੰਘ ਬੋਲਦਾ, ਸ਼ਿਕਾਗੋ ਤੋਂ। ਅਰੇ ਵਾਹ ਜੀ, ਕੀ ਕਹਿਣਾ ਚਾਹੁੰਦੇ ਹੋ, ਰੁਸਣਾ ਕੇ ਮਨਾਉਣਾ ਆ? ਨਹੀਂ, ਜਿੱਦਾਂ ਮਰਜ਼ੀ ਕਹਿ ਲਓ, ਜੇ ਮਨਾਉਣਾ ਮਨਾ ਲਵਾਂਗੇ, ਰੁਸਣਾ ਰੁਸ ਵੀ ਜਾਵਾਂਗੇ। ਆ ਚਲੋ, ਮੈਨੂੰ ਤੁਸੀਂ ਇਹ ਦੱਸੋ ਵੀ ਤੁਸੀਂ ਰੁਸਦੇ ਹੋ? ਅਸੀਂ ਵੀ ਰੁਸ ਜਾਂਦੇ ਕਈ ਵਾਰੀ, ਜਾਣ ਕੇ ਕਿ ਸੱਚੀ ਮੁੱਚੀ? ਨਹੀਂ, ਅਸੀਂ ਜਾਣ ਕੇ ਰੁਸੀ ਦਾ, ਸੱਚੀ ਮੁੱਚੀ ਦਾ ਅਸੀਂ ਘੱਟ ਹੀ ਰੁਸੀ ਦਾ। ਵੈਸੇ ਨਾ 90% ਜਨਤਾ ਜਾਣ ਕੇ ਰੁਸਦੀ ਆ, ਹਨਾ? ਹਾਂਜੀ 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 ਹਾਂਜੀ। ਅੱਛਾ, ਤੇ ਫਿਰ ਕਿਵੇਂ ਮੰਨਦੇ ਹੋ? ਮਰਨਾ ਕੀ ਹੈ, ਸੌਖਾ ਹੀ ਮੰਨ ਜਿੱਦਾਂ, ਬਸ ਉਹ ਹੱਸ ਕੇ ਦਿਖਾ ਦੇਣਾ, ਦੰਦ ਕੱਢ ਕੇ ਦਿਖਾਏ ਤੇ ਮਤ ਮੰਨ ਗਏ। ਮੇਰੇ ਨਾਲ ਵੀ ਇੱਦਾਂ ਹੀ ਹੁੰਦਾ, ਮੈਂ ਰੁਸੀ ਹੋਣੀ ਹੈ ਨਾ, ਕੋਈ ਮੈਨੂੰ ਹਸਾ ਦਿੰਦਾ ਹੈ, ਮੈਂ ਹੱਸ ਜਾਂਦੀ, ਉਹਨੂੰ ਲੱਗਦਾ ਮੈਂ ਮੰਨ ਗਈ ਹਾਂ। ਮੰਨ ਗਈ ਹਾਂ? ਨਹੀਂ, ਤੁਸੀਂ ਰੁਸ ਜਾਓ, ਤੁਹਾਨੂੰ ਵੀ ਮਨਾ ਲਵਾਂਗੇ, ਤੁਹਾਨੂੰ ਸੂਟ ਸਵਾ ਕੇ ਦੇ ਦੇਵਾਂਗੇ, ਫਿਰ ਆਪੇ ਮੰਨ ਜਾਓਗੇ। ਮੈਂ ਨਾਰਾਜ਼ ਆ ਕਿ ਤੁਸੀਂ ਮੈਨੂੰ ਫੋਨ ਬ੍ਰੇਕ ਤੋਂ ਪਹਿਲਾਂ ਕਿਉਂ ਨਹੀਂ ਕੀਤਾ, ਬਾਅਦ 'ਚ ਕਿਉਂ ਕੀਤਾ, ਮਨਾਓ ਹੁਣ ਮੈਨੂੰ। ਉਹ ਤਾਂ ਮੈਂ ਹੁਣ ਤਾਂ ਕਰ ਦਿੱਤਾ, ਮੈਂ ਕਿ ਦੇਖਿਆ ਵੀ ਤੁਹਾਨੂੰ ਕੋਈ ਜੋ ਤੁਸੀਂ ਹੈਲੋ ਹੈਲੋ ਕਰੀ ਜਾਂਦੇ, ਕੋਈ ਬੋਲਦਾ ਨਹੀਂ ਪਿਆ, ਤਾਂ ਮੈਂ ਮਿਲਿਆ, ਮੇਰਾ ਫਟਾਫਟ ਮਿਲ ਗਿਆ। ਟੈਕਨੀਕਲ ਪ੍ਰੋਬਲਮ ਹੋ ਗਈ ਸੀ ਕਿ ਮੈਂ ਹੈਲੋ ਹੈਲੋ ਕਰੀ ਜਾਂਦੀ, ਉੱਥੋਂ ਵੀ ਹੈਲੋ ਹੈਲੋ ਦੀ ਆਵਾਜ਼ ਆਈ ਜਾਂਦੀ ਆ। ਇਸੇ ਕਰਕੇ ਮੈਂ ਸੋਚਿਆ ਕਿ ਮੇਰੀ ਕਾਲ ਲੱਗ ਜਾਣੇ, ਮੈਂ ਲਾਵਾਂ ਬਸ, ਉਹ ਪਹਿਲੀ ਬੈਲ ਨਾਲ ਹੀ ਕਹਿੰਦੇ ਹੈਲੋ ਜੀ, ਮੈਂ ਹਾਂ ਜੀ, ਗੁਲਾਬੋ ਨਾਲ ਗੱਲ ਕਰਦੇ, ਮੈਂ ਜਾ। ਤੁਸੀਂ ਐਂ ਨਹੀਂ ਕਿਹਾ ਕਿ ਗੁਲਾਬੋ ਨਾਲ ਗੱਲ ਕਰਨੀ, ਤੁਸੀਂ ਕਿਹਾ ਮੈਂ ਗੁਲਾਬੋ ਨੂੰ ਮਨਾਉਣਾ ਆ। ਹਾਂ, ਮਨਾਉਣਾ ਹੈ ਗੁਲਾਬੋ ਨੂੰ, ਮਨਾ ਲੈਣਾ, ਮੈਂ ਦੱਸਿਆ ਸੂਟ ਸਵਾ ਦੇਣਾ ਗੁਲਾਬੋ ਨੂੰ, ਗੁਲਾਬੋ ਮੰਨ ਜਾਏਗੀ। ਸਾਰੇ ਸਭ ਪਤਾ, ਕੁੜੀਆਂ ਨੂੰ ਮਨਾਉਣਾ ਹੋਏ ਨਾ ਤਾਂ ਸੂਟ ਸਵਾ ਦਿਓ ਚੰਗਾ ਜਿਹਾ। ਬਸ ਸੂਟ ਸਵਾ ਦਿਓ, ਹੋਰ ਕੀ ਹੁੰਦਾ ਹੈ, ਸੂਟ ਸਵਾ ਦਿਓ ਵਧੀਆ ਜਿਹਾ, ਤੇ ਆਪੇ ਕੁੜੀਆਂ ਮੰਨ ਜਾਂਦੀਆਂ ਨੇ। ਆ ਬਿਲਕੁਲ, ਬਹੁਤ ਸਹੀ ਗੱਲ ਹੈ, ਕੋਈ ਗੱਲ ਨਹੀਂ ਜੀ, ਤੁਸੀਂ ਸੂਟ ਸਵਾਉਣ ਦੀ ਤਿਆਰੀ ਕਰੋ, ਮੈਂ ਅਗਲੇ ਕਾਲਰ ਕੋਲੋਂ ਨਾਰਾਜ਼ ਹੋ ਜਾਵਾਂ। ਠੀਕ ਹੈ, ਠੀਕ ਹੈ, ਤੁਸੀਂ ਅਗਲੇ ਕਾਲਰ ਜੀ। ਓਕੇ, ਹੈਲੋ, ਆ ਕੌਣ ਹੈ ਭਾਈ, ਟੀਵੀ ਦੀ ਆਵਾਜ਼ ਇੰਨੀ ਉੱਚੀ ਕੀਤੀ ਹੋਈ ਹੈ, ਮੈਂ ਨਾਰਾਜ਼ ਹੋ ਜਾਣਾ। ਹੈਲੋ, ਸਤਿ ਸ਼੍ਰੀ ਅਕਾਲ, ਹੈਲੋ, ਹੁਣ ਮੈਂ ਨਾਰਾਜ਼ ਹੋ ਜਾਣਾ ਪੱਕਾ, ਆ ਵੇਖੋ, ਆ ਵੇਖੋ, ਹੈਲੋ, ਲੱਗਦਾ ਇਹਨਾਂ ਨੂੰ ਭੁੱਲ ਗਿਆ, ਇਹਨਾਂ ਨੇ ਫੋਨ ਲਾਇਆ ਹੋਇਆ। ਹੈਲੋ, ਮੈਨੂੰ ਲੱਗਦਾ ਹੈ ਕਿ ਅੱਜ ਮੈਨੂੰ ਨਾਰਾਜ਼ ਹੋਣਾ ਪੈਣਾ, ਕੀ ਤਰੀਕਾ ਹੈ, ਤੁਸੀਂ ਫੋਨ ਲਾਉਂਦੇ ਹੋ ਫਿਰ ਆਵਾਜ਼ ਉੱਚੀ ਕਰ ਲੈਂਦੇ ਹੋ, ਫਿਰ ਮੈਨੂੰ ਆਵਾਜ਼ ਨਹੀਂ ਆਉਂਦੀ, ਮੈਨੂੰ ਮੇਰੀ ਆਵਾਜ਼ ਵਾਪਸ ਆਉਂਦੀ ਰਹਿੰਦੀ ਆ, ਅਤੇ ਤੁਹਾਨੂੰ ਵੀ ਸਮਝ ਨਹੀਂ ਲੱਗੂਗੀ ਕਿ ਮੈਂ ਕੀ ਕਹਿ ਰਹੀ ਹਾਂ, ਸਮਝ ਲੱਗ ਗਈ? ਇਸ ਕਰਕੇ ਜਦੋਂ ਵੀ ਫੋਨ ਕਰਨਾ, ਆਵਾਜ਼ ਮਾਰੀ ਜੀ ਘੱਟ ਕਰ ਲੈਂਦੀ ਹਾਂ, ਫਿਰ ਤਾਂ ਹੀ ਤਾਂ ਮੇਰੇ ਨਾਲ ਵਧੀਆ ਵਧੀਆ ਗੱਲਾਂ ਕਰੂੰਗੇ, ਅਤੇ ਹੋ ਸਕਦਾ ਮੈਂ ਇਸ ਗੱਲ ਤੋਂ ਨਾਰਾਜ਼ ਵੀ ਹੋ ਜਾ। ਹੈਲੋ, 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 ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਕੌਣ ਬੋਲਦੇ?
ਕੌਣ ਬੋਲਦੇ? ਹਰਪ੍ਰੀਤ। ਹਰਪ੍ਰੀਤ, ਤੁਹਾਨੂੰ ਆਪਣਾ ਨਾਂ ਨਹੀਂ ਪਤਾ, ਪਿੱਛੇ ਕੌਣ ਬੋਲ ਰਹੇ ਆ? ਹਰਪ੍ਰੀਤ। ਸਤਿ ਸ਼੍ਰੀ ਅਕਾਲ ਜੀ, ਗੱਲ ਨਹੀਂ ਕਰਨੀ ਮੇਰੇ ਨਾਲ? ਇੰਨੇ ਜੇ ਕਾਲਰ ਸੀਗੇ ਜੀ, ਇਹਨਾਂ ਨੇ ਮੇਰੇ ਨਾਲ ਗੱਲ ਹੀ ਨਹੀਂ ਕੀਤੀ। ਅਗਲੇ ਕਾਲਰ ਨੂੰ ਪੁੱਛਦੇ ਆ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਕੌਣ ਬੋਲਦੇ? ਹੈਲੋ, ਹਾਂਜੀ, ਮੈਨੂੰ ਤੁਹਾਡੀ ਆਵਾਜ਼ ਆ ਰਹੀ ਆ? ਅਵਤਾਰ ਬੋਲ ਰਿਹਾ ਮੈਂ। ਅੱਛਾ, ਕੀ ਕਹਿਣਾ ਚਾਹੁੰਦੇ ਹੋ? ਨਿਊਯਾਰਕ ਬੋਲਣਾ ਪਿਆ। ਅੱਛਾ ਜੀ, ਠੀਕ ਹੈ ਜੀ, ਕੀ ਕਹਿਣਾ ਚਾਹੋਗੇ? ਤੁਹਾਡੀਆਂ ਗੱਲਾਂ ਸੁਣਨੇ ਪਏ ਆ। ਕਹਿਣਾ ਕੁਛ ਨੀ, ਸੁਣੀ ਜਾਣੀ ਮੇਰੀ। ਮੈਂ ਤਾਂ ਹੱਸਦੀ ਰਹਿੰਦੀ ਹਾਂ, ਪਰ ਅੱਜ ਮੈਂ ਨਾਰਾਜ਼ ਹੋਣ ਵਾਲੀ ਸੀਗੀ। ਮੈਂ ਸੋਚਿਆ ਤੁਸੀਂ ਮੈਨੂੰ ਮਨਾਉਣ ਵਾਸਤੇ ਫੋਨ ਕੀਤਾ। ਨਹੀਂ, ਤੁਹਾਨੂੰ ਕੀ ਮਨਾਉਣਾ ਸੀ? ਨਹੀਂ ਮਨਾਉਣਾ, ਠੀਕ ਹੈ, ਤੁਸੀਂ ਮੈਨੂੰ ਨਹੀਂ ਮਨਾਉਣਾ, ਮੈਂ ਫੇਰ ਰੋਜ਼ਗੀ। ਹਾਂਜੀ, ਹੈਲੋ ਹੈਲੋ, ਇਹਨਾਂ ਨੂੰ ਹੈਗਾ ਵੀ ਇਹ ਆਪਣੀ ਆਵਾਜ਼ ਵੀ ਟੀਵੀ 'ਚ ਸੁਣ ਲੈਣ ਅਤੇ ਮੇਰੀ ਆਵਾਜ਼ ਵੀ ਸੁਣ ਲੈਣ। ਐਂ ਨਹੀਂ ਹੁੰਦਾ, ਐਂ ਤਾਂ ਫਿਰ ਗੁਲਾਬੋ ਨਾਰਾਜ਼ ਹੁੰਦੀ ਆ। ਕੋਈ ਗੱਲ ਨਹੀਂ ਜੀ, ਅੱਜ ਲਈ ਮੈਂ ਨਾਰਾਜ਼ ਸੱਚੀ ਮੁੱਚੀ ਹੋ ਗਈ ਹਾਂ ਜੀ। ਅਗਲੀ ਵਾਰ ਮੈਂ ਫਿਰ ਆਊਂਗੀ, ਪਰ ਮੈਂ ਮੰਨ ਕੇ ਆਊਂਗੀ, ਕੋਈ ਗੱਲ ਨਹੀਂ ਜੀ। ਅੱਜ ਵਾਸਤੇ ਸਤਿ ਸ਼੍ਰੀ ਅਕਾਲ।